ਅੱਜ ਦਾ ਟੌਪਿਕ ਕਿਸੇ ਸਪੈਸੀਫਿਕ ਕੰਟਰੀ ਨੂੰ ਲੈ ਕੇ ਜਾਂ ਵਿਦਆਊਟ ਆਇਲਸ ਨੂੰ ਲੈ ਕੇ ਨਹੀਂ ਹੈ, ਅੱਜ ਦਾ ਟੌਪਿਕ ਹੈ ਸਟੂਡੈਂਟ ਦੇ ਫਿਊਚਰਸ ਨੂੰ ਲੈ ਕੇ ਕਿ ਅੱਗੇ ਕੀ ਪੋਸੀਬਿਲਟੀਜ਼ ਹੈਗੀਆਂ ਜਾਂ ਫਿਊਚਰ ਦੇ ਵਿੱਚ ਕੀ ਚੀਜ਼ਾਂ ਹੋ ਸਕਦੀਆਂ। ਜਿਹੜੇ ਤਾਂ ਬੱਚੇ ਚੰਗੀ ਪ੍ਰੋਫਾਈਲ ਵਾਲੇ ਹੈ, ਚੰਗੀ ਪਰਸੈਂਟੇਜ ਵਾਲੇ ਹੈ ਔਰ ਚੰਗਾ ਬੋਲ ਸਕਦੇ ਹੈ, ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਵੀ ਆਉਂਦੀ ਹੈ, ਸਮਝ ਵੀ ਆਉਂਦੀ ਹੈ, ਸਮਝ ਵੀ ਸਕਦੇ ਆ ਅਤੇ ਬੋਲ ਵੀ ਸਕਦੇ ਆ, ਉਹ ਸਟੂਡੈਂਟ ਜਿਹੜੇ ਅਪਲਾਈ ਕਰ ਸਕਦੇ ਆ। ਅਲਨੈਸ ਅਗਲੇ ਸਟੂਡੈਂਟਸ ਦੀ ਅਗਰ ਮੈਂ ਗੱਲ ਕਰੂੰਗਾ, ਇਹਦੇ ਨਾਲ ਵੀਜ਼ਾ ਕਿਸੇ ਕਾਰਨ ਤੋਂ ਗ੍ਰਾਂਟ ਹੋ ਜਾਂਦਾ, ਏਅਰਪੋਰਟ ਵੀ ਕਲੀਅਰੈਂਸ ਹੋ ਜਾਂਦੀ ਹੈ, ਬਟ ਜਦੋਂ ਉੱਥੇ ਕੰਮ ਕਰਨਾ, ਉੱਥੇ ਜੋਬਸ ਲੈਣੀਆਂ ਜਾਂ ਪੜ੍ਹਾਈ ਕਰਨੀ ਆ, ਉਹਦੇ ਲਈ ਤੁਸੀਂ ਵੀ ਛੋਟੇ ਬੱਚਿਆਂ ਵਾਂਗੂ ਪਹਿਲਾਂ ਇੰਗਲਿਸ਼ ਕਲਾਸਿਸ ਲਓਗੇ। ਜੇ ਉੱਥੇ ਜਾ ਕੇ ਹੀ ਪੜ੍ਹਨਾ ਆ ਤੇ ਘਰਦਿਆਂ ਦੇ ਵੀ ਪੈਸੇ ਬਰਬਾਦ ਕਰਨੇ ਆ, ਤੇ ਇੰਡੀਆ 'ਚ ਕਿਉਂ ਨਹੀਂ ਕਰ ਸਕਦੇ ਤੁਸੀਂ ਪੜ੍ਹਾਈ? ਜਿਹੜੀ ਚੀਜ਼ ਤੁਸੀਂ ਇੱਥੇ ਰੁਪਈਆਂ 'ਚ ਕਰ ਸਕਦੇ ਹੋ, ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਤੁਸੀਂ ਲੱਖਾਂ ਦੇ ਵਿੱਚ ਕਰਨਾ ਚਾਹੁੰਦੇ ਹੋ। ਤੇ ਮੈਂ ਚੰਗੀ ਸਲਾਹ ਸਾਰਿਆਂ ਨੂੰ ਇਹੀ ਦਊਂਗਾ ਕਿ ਜਿਹੜੇ ਸਟੂਡੈਂਟ ਆਇਲਸ ਨਹੀਂ ਕਰ ਪਾ ਰਹੇ, ਟੀਟੀ ਜਾਂ ਡਿਲੰਗੋ ਕਰਕੇ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾ ਸਕਦੇ ਆ। ਕੰਪਿਊਟਰ ਬੇਸਡ ਹੈਗਾ ਔਰ ਈਜ਼ੀ ਵੀ ਕਾਫੀ ਹੈਗਾ, ਇਹਦੇ ਨਾਲ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 1-160-9160। ਧੰਨਵਾਦ।